ਘਰ ਦੇ ਬਾਹਰ ਖੜੀ ਗੱਡੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਸੜ ਗਈ ਤੇ ਕਾਫੀ ਨੁਕਸਾਨ ਹੋਇਆ। ਮੁਹੱਲਾ ਵਾਸੀਆਂ ਨੇ ਤੁਰੰਤ ਕਾਰ ਮਾਲਕ ਨੂੰ ਸੂਚਿਤ ਕੀਤਾ ਤੇ 2 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ, ਜਿਸ ਤੋਂ ਬਾਅਦ ਕਾਰ ਮਾਲਕ ਤਰਸੇਮ ਲਾਲ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣੇਦਾਰ ਧਰਮਿੰਦਰ ਪੁਲਿਸ ਕਰਮਚਾਰੀਆਂ ਨਾਲ ਮੌਕੇ ਤੇ ਪੁੱਜੇ ਅਤੇ ਬਿਆਨ ਦਰਜ ਕੀਤੇ ਅਤੇ ਪੁਲਿਸ ਦਾ ਕਹਿਣਾ ਕਿ ਵਾਰਦਾਤ ਕਰਨ ਵਾਲਿਆਂ ਦਾ ਪਤਾ ਲਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਘਟਨਾ ਫਿਲੌਰ ਦੇ ਪਿੰਡ ਤੇ ਹਿੰਗ ਤੋਂ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਵਿਅਕਤੀ ਵੱਲੋਂ ਇਹ ਕਾਂਡ ਰਾਤ ਦੇ ਹਨੇਰੇ 'ਚ 12 ਵਜੇ ਕੀਤਾ ਗਿਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ, ਪਰ ਗਵਾਂਢੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਜਿਹਨੂੰ ਕੋਈ ਰਾਤ 12-1 ਵਜੇ ਦੇ ਕਰੀਬ ਕੋਈ ਅਣਪਛਾਤਾ ਬੰਦਾ ਜਿਹੜਾ ਵੀ ਇਹਨੂੰ ਅਗਨੀ ਦੀ ਭੇਟ ਚਾੜ ਕੇ ਗਿਆ ਵਾ ਤੇ ਮੌਕੇ ਤੇ ਪਹੁੰਚੇ ਆ, ਡੈਮ ਚੁਕਾਉਂਦੇ ਆ, ਸਾਰਾ ਕੁਝ ਦੇਖਦੇ ਆ, ਜੋ ਵੀ ਬਣਦੀ ਕਾਰਵਾਈ, ਜਿਹੜਾ ਵੀ ਦੋਸ਼ੀ ਸਾਹਮਣੇ ਆਊਗਾ। ਤਰਸੇਮ ਲਾਲ ਨਾਂ ਹੈ ਜੀ ਮੇਰਾ, ਪਿੰਡ ਤੇਂਗ ਦੇ ਰਹਿਣ ਵਾਲੇ ਆ। 12:15 ਦੇ ਕਰੀਬ ਆਪਣੇ ਰਾਤੀ ਅੱਗ ਲੱਗੀ ਹੈ। ਕਿਹੜੀ ਗੱਡੀ ਸੀ, ਕੀ ਨੰਬਰ ਹੈ ਗੱਡੀ? ਡਿਜ਼ਾਇਰ ਸਵਿਫਟ ਹੈ ਜੀ। ਅੱਗ ਲੱਗਣ ਦਾ ਕਾਰਨ ਤਾਂ ਹੁਣ ਸਾਨੂੰ ਤਾਂ ਗੁਆਂਢੀਆਂ ਨੇ ਆਪਣੇ ਠਾਲਿਆ ਜਦੋਂ ਅੱਗ ਲੱਗੀ ਗੱਡੀ ਨੂੰ, ਤੇ ਫੇਰ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗ ਲੱਗੀ, ਫੇਰ ਤਾਂ ਅਸੀਂ ਬੁਝਾਉਣ ਦੇ ਚੱਕਰ 'ਚ ਪੈ ਗਏ। ਗੱਡੀ ਹੁਣ 90% 70-80% ਚੱਲ ਰਹੀ ਹੈ। 80% ਗੱਡੀ ਸ਼ੱਕ ਹੁਣ ਲੋਕੇਸ਼ਨ, ਮੈਂ ਤਾਂ ਕਹਿੰਦਾ ਪ੍ਰਸ਼ਾਸਨ ਆਪਣੇ ਲੋਕੇਸ਼ਨ ਲਾਵੇ ਤੇ ਮੋਬਾਈਲਾਂ ਦੀ ਜੋ ਬਣਦੀ ਕਾਰਵਾਈ ਕਰਨਗੇ। ਘਰ ਦੇ ਬਾਹਰ ਖੜੀ ਗੱਡੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਸੜ ਗਈ ਤੇ ਕਾਫੀ ਨੁਕਸਾਨ ਹੋਇਆ। ਮੁਹੱਲਾ ਵਾਸੀਆਂ ਨੇ ਤੁਰੰਤ ਕਾਰ ਮਾਲਕ ਨੂੰ ਸੂਚਿਤ ਕੀਤਾ ਤੇ 2 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ, ਜਿਸ ਤੋਂ ਬਾਅਦ ਕਾਰ ਮਾਲਕ ਤਰਸੇਮ ਲਾਲ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣੇਦਾਰ ਧਰਮਿੰਦਰ ਪੁਲਿਸ ਕਰਮਚਾਰੀਆਂ ਨਾਲ ਮੌਕੇ ਤੇ ਪੁੱਜੇ ਅਤੇ ਬਿਆਨ ਦਰਜ ਕੀਤੇ ਅਤੇ ਪੁਲਿਸ ਦਾ ਕਹਿਣਾ ਕਿ ਵਾਰਦਾਤ ਕਰਨ ਵਾਲਿਆਂ ਦਾ ਪਤਾ ਲਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਘਟਨਾ ਫਿਲੌਰ ਦੇ ਪਿੰਡ ਤੇ ਹਿੰਗ ਤੋਂ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਵਿਅਕਤੀ ਵੱਲੋਂ ਇਹ ਕਾਂਡ ਰਾਤ ਦੇ ਹਨੇਰੇ 'ਚ 12 ਵਜੇ ਕੀਤਾ ਗਿਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ, ਪਰ ਗਵਾਂਢੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਜਿਹਨੂੰ ਕੋਈ ਰਾਤ 12-1 ਵਜੇ ਦੇ ਕਰੀਬ ਕੋਈ ਅਣਪਛਾਤਾ ਬੰਦਾ ਜਿਹੜਾ ਵੀ ਇਹਨੂੰ ਅਗਨੀ ਦੀ ਭੇਟ ਚਾੜ ਕੇ ਗਿਆ ਵਾ ਤੇ ਮੌਕੇ ਤੇ ਪਹੁੰਚੇ ਆ, ਡੈਮ ਚੁਕਾਉਂਦੇ ਆ, ਸਾਰਾ ਕੁਝ ਦੇਖਦੇ ਆ, ਜੋ ਵੀ ਬਣਦੀ ਕਾਰਵਾਈ, ਜਿਹੜਾ ਵੀ ਦੋਸ਼ੀ ਸਾਹਮਣੇ ਆਊਗਾ। ਸ਼ੱਕ ਨਹੀਂ ਕੀਤਾ, ਉਹਦਾ ਕਹਿੰਦੇ ਵੀ ਪਹਿਲਾਂ ਡੈਂਪ ਵਗੈਰਾ ਚੁਕਾ ਲਓ, ਫਿੰਗਰ ਪ੍ਰਿੰਟ ਵਗੈਰਾ ਦੇਖਦੇ ਆ ਇਹਨਾਂ ਦੇ,
ਜਿਹੜੀ ਲੈਂਦੀ ਕਾਰਵਾਈ ਦੇ ਵਿੱਚ ਕੋਈ ਆਉਂਦਾ ਸਾਹਮਣੇ ਉਹਦੇ ਬਣਦੀ ਕਾਰਵਾਈ ਕਰਾਂਗੇ ਜਿਹੜਾ ਬੰਦਾ ਸਾਹਮਣੇ ਆਉਂਦਾ ਕੋਈ ਦੋਸ਼ੀ। ਤਰਸੇਮ ਲਾਲ ਨਾਂ ਹੈ ਜੀ ਮੇਰਾ, ਪਿੰਡ ਤੇਂਗ ਦੇ ਰਹਿਣ ਵਾਲੇ ਹਾਂ। 12:15 ਦੇ ਕਰੀਬ ਆਪਣੇ ਰਾਤੀ ਅੱਗ ਲੱਗੀ ਹੈ। ਕਿਹੜੀ ਗੱਡੀ ਸੀ, ਕੀ ਨੰਬਰ ਹੈ ਗੱਡੀ? ਡਿਜ਼ਾਇਰ ਸਵਿਫਟ ਹੈ ਜੀ। ਓਕੇ ਓਕੇ, ਕੀ ਕਾਰਨ, ਕੀ ਗੱਡੀ ਦਾ ਅੱਗ ਲੱਗਣ ਦਾ? ਅੱਗ ਲੱਗਣ ਦਾ ਕਾਰਨ ਤਾਂ ਹੁਣ ਸਾਨੂੰ ਤਾਂ ਗੁਆਂਢੀਆਂ ਨੇ ਆਪਣੇ ਠਾਲਿਆ ਜਦੋਂ ਅੱਗ ਲੱਗੀ ਗੱਡੀ ਨੂੰ, ਤੇ ਫੇਰ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗ ਲੱਗੀ, ਫੇਰ ਤਾਂ ਅਸੀਂ ਬੁਝਾਉਣ ਦੇ ਚੱਕਰ 'ਚ ਪੈ ਗਏ। ਪਰਸੈਂਟ ਗੱਡੀ ਝੁਲਸ ਗਈ ਆ? ਗੱਡੀ ਹੁਣ 90% 70-80% ਚੱਲ ਰਹੀ ਆ। 80% ਗੱਡੀ ਝੁਲਸ ਹੋ ਗਈ ਆ। ਕੀ ਸ਼ੱਕ ਕਿਸੇ ਤੇ? ਸ਼ੱਕ ਹੁਣ ਲੋਕੇਸ਼ਨ, ਮੈਂ ਤਾਂ ਕਹਿੰਦਾ ਪ੍ਰਸ਼ਾਸਨ ਆਪਣੇ ਲੋਕੇਸ਼ਨ ਲਾਵੇ ਤੇ ਮੋਬਾਈਲਾਂ ਦੀ ਨੰਬਰ ਲਾਇਆ ਜਾਵੇ ਜਿਹੜਾ ਇੱਥੇ ਬੰਦਾ ਅੱਗ ਲਾਉਣ ਆਇਆ, ਹਾਂ ਉਹਦਾ ਲੱਗੇ ਪਤਾ ਪ੍ਰਸ਼ਾਸਨ ਨੂੰ, ਸਾਨੂੰ ਦੱਸਿਆ ਜਾਵੇ ਸਾਰੀ ਪਿੰਡ ਨੂੰ ਵੀ ਕਿਹਨੇ ਅੱਗ ਲਾਈ ਆ, ਕਿੱਦਾਂ ਲੱਗੀ ਆ ਇਹ, ਉਹ ਤੋਂ ਪਤਾ ਕੀਤਾ ਜਾਵੇ, ਡੰਪ ਦੇ ਨੰਬਰ ਲਾਇਆ ਜਾਵੇ। ਪ੍ਰਸ਼ਾਸਕ ਆ ਗਿਆ ਆਪਣੇ, ਧਰਮਿੰਦਰ ਸਿੰਘ ਜੀ SI ਆਏ ਆ, ਜੋ ਬਣਦੀ ਕਾਰਵਾਈ ਕਰਨਗੇ।